ਜਿਆਨੂ ਜੀ ਸਾਡੀ ਜੰਗ ਚ ਬੁਨਾਨਕ ਹਸਪਤਾਲ ਅੰਮ੍ਰਿਤਸਰ ਤੇ ਬਾਹਰ ਖੜੇ ਆ ਜੀ ਤੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੁਵਾ ਕਰਦਾ ਮਸਲੇ ਹੱਲ ਇਹਨਾਂ ਨੇ ਤੇ ਸਾਨੂੰ ਨੌਕਰੀ ਤੋਂ ਵੀ ਘਰ ਬਾਹਰ ਦਿੱਤਾ ਵਾ ਇੰਨਾ ਚਿਰ ਦੇ 12 ਸਾਲ 13 14 15 ਸਾਲ ਹੋ ਗਏ ਨੌਕਰੀ ਕਰਦਿਆਂ ਨੂੰ ਤੇ ਸਾਨੂੰ ਘਰ ਬਾਹਰ ਕੇ ਰੱਖ ਦਿੱਤਾ ਹਈ ਹੁਣ ਕਿੱਧਰ ਜਾਈਏ ਪੰਜ ਪੰਜ ਦਿਨ ਤੋਂ ਉੱਪਰ ਹੋ ਗਏ ਤੁਹਾਨੂੰ ਤਰਨੇ ਦਿੰਦੇ ਕੋਈ ਸ਼ਾਸਨ ਪ੍ਰਸ਼ਾਸਨ ਕੋਈ ਜੰਤਰੀ ਮੰਤਰੀ ਕੋਈ ਸੰਤਰੀ ਕੋਈ ਛੋਟਾ ਮੋਟਾ ਕੋਈ ਸੇਵਕ ਆਇਆ ਹੋਵੇ ਗੱਲ ਸੁਣ ਕੋਈ ਨਹੀਂ ਇੱਥੇ ਆਇਆ ਸਾਨੂੰ ਤਾਂ ਕਿਸੇ ਨੇ ਵਾਤ ਨਹੀਂ ਪੁੱਛੀ ਰਾਤ ਦੇ ਨਹੀਂ ਇੱਥੇ ਬੈਠੇ ਆ ਕੋਈ ਨਹੀਂ ਇੱਥੇ ਪੁੱਛਦਾਨ ਕੇ ਕੀ ਹੋਇਆ ਕੀ ਨਹੀਂ ਹੋਇਆ ਸਾਡੀ ਕੋਈ ਨਹੀਂ ਵਾਤ ਪੁੱਛਦਾ ਸਾਨੂੰ ਤੇ ਘਰ ਬਾਕੇ ਰੱਖ ਦਿੱਤਾ ਵਾ ਐਂ ਬੱਚੇ ਪਾਲਣ ਦੇ ਅੰਮ੍ਰਿਤਸਰ ਦਾ ਸਿਆਸੀ ਸੂਰਮਾ ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣ ਵਾਲਾ ਨਵਜੋਤ ਸਿੰਘ ਸਿੱਧੂ ਕੀ ਉਹਦੇ ਕੰਨਾਂ ਤੱਕ ਕੋਈ ਗੱਲ ਪਹੁੰਚੀ ਹੈ ਕੋਈ ਜੂੰ ਜਾਨ ਰਹਿ ਗਈ ਹੈ ਗੱਲਾਂ ਦੇ ਘੜਾ ਤੇ ਬਹੁਤ ਜ਼ਿਆਦਾ ਬਣਾਉਂਦਾ ਨਾ ਕੋਈ ਨਹੀਂ ਇੱਥੇ ਕੋਈ ਨਹੀਂ ਆਇਆ ਨਾ ਸਾਨੂੰ ਕੋਈ ਪੁੱਛਦਾਨ ਕੇ ਇੱਥੇ ਕੀ ਕਰਦੇ ਜੋ ਕੀ ਨਹੀਂ ਕਰਦੇ ਕਾਹਦੇ ਵਾਸਤੇ ਬੈਠੇ ਸਾਨੂੰ ਕੋਈ ਨਹੀਂ ਆਣ ਕੇ ਪੁੱਛਦਾ ਰਾਤ ਦੇ ਨਹੀਂ ਇੱਥੇ ਬੈਠੇ ਆ ਸਾਨੂੰ ਕਦੀ ਨਹੀਂ ਕਿਸੇ ਨੇ ਕਿ ਡਾਕਟਰ ਨੇ ਨਹੀਂ ਕਿਸੇ ਨੇ ਆਣ ਕੇ ਕਿਸੇ ਪ੍ਰਧਾਨ ਨੇ ਨਹੀਂ ਆਣ ਕੇ ਪੁੱਛਿਆ ਪਿਤਾ ਦਾ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ ਸਿਹਤ ਮੰਤਰੀ ਡਿਪਟੀ ਸੀਐਮ ਓਪੀ ਸੋਨੀ ਕੋਈ ਆਇਆ ਜੀ ਸੋਨੀ ਵੱਲੋਂ ਬੰਦਾ ਬੁੰਦਾ ਕੋਈ ਪੁੱਛਣ ਕਿਛਣ ਨਹੀਂ ਭਾਜੀ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਸਾਢੇ 4 ਪੰਜ ਚਾਰ ਦਿਨ ਹੋ ਗਏ ਇਸ ਤਰ੍ਹਾਂ ਭੁੱਖੇ ਤੇ ਆਏ ਬੈਠੇ ਆ ਸਾਨੂੰ ਅਸੀਂ ਡਿਊਟੀਆਂ ਤੋਂ ਕੱਢੇ ਗਏ ਆ ਸਾਨੂੰ ਅਹੀ 15-15 ਸਾਲ ਹੋ ਗਏ ਡਿਊਟੀ ਕਰਨ ਦਾ ਹੈ ਇੱਥੇ 6000 ਸਾਡੀ ਤਨਖਾਹ ਸੀ ਉਹਦੇ ਨਾਲ ਅਸੀਂ ਆਪਣਾ ਚੁੱਲ੍ਹਾ ਗਰਮ ਕਰਦੇ ਸਾਂ ਹੁਣ ਇਹਨਾਂ ਸਾਡੇ ਚੁੱਲ੍ਹੇ ਠੰਡੇ ਕਰ ਦਿੱਤੇ ਆ ਕਹਿੰਦੇ ਚੰਨੀ ਆ ਕਰਦਾ ਚੰਨੀ ਆ ਕਰਦਾ ਸਾਡੇ ਬਾਤ ਤਾਂ ਚੰਨੀ ਨੇ ਸਵਾਬ ਨਹੀਂ ਕੀਤੀ ਪੂਰਾ ਪੰਜਾਬ ਕਹਿ ਰਿਹਾ ਚੰਨੀ ਕਰਦਾ ਮਸਲੇ ਹੱਲ ਤੋ ਹੀ ਕਹਿੰਦੇ ਮਸਲੇ ਪਾਉਂਦੇ ਆ ਸਾਡੇ ਬਾਤ ਭਾਰੀ ਸਵਾਬ ਨਹੀਂ ਮਸਲਾ ਲੈਣੇ ਕੀਤੀ ਕੋਈ ਮਸਲਾ ਹੱਲ ਨਹੀਂ ਇਹਨੇ ਕੀਤਾ ਸਾਡੇ ਦੇ ਬੱਚੇ ਭੁੱਖੇ ਮਾਰਨ ਡਿਆ ਦੱਸੋ ਅਸੀਂ ਹੁਣ ਕਿੱਥੇ ਜਾਈਏ ਭੁੱਖੇ ਤੇ ਆਏ ਅਸੀਂ ਬੱਚੇ ਘਰ ਛੱਡੋ ਨਹੀਂ ਆਣ ਕੇ ਤੇ ਧਰਨਿਆਂ ਤੇ ਬੈਠੇ ਆ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਅਸੀਂ ਰਾਤ ਭਰਾਂ ਤੇ ਠੰਡ ਵਿੱਚ ਬੈਠੇ ਆ ਇੱਕ ਨੇ ਸਾਲ ਹੋ ਗਏ ਪੰਜੀ ਸਾਨੂੰ ਸਾਨੂੰ 15-15 ਸਾਲ ਹੋ ਗਏ ਤੇ 6000 ਚ ਲੱਗਿਆ ਨੂੰ ਕੋਈ ਕਾਰਨ ਦੱਸਿਆ ਕਿਉਂ ਢਾਇਆ ਗਿਆ ਪਤਾ ਨਹੀਂ ਇਹੋ ਕਿਆ ਕੰਪਨੀ ਬਦਲ ਗਈ ਕੰਪਨੀ ਬਦਲ ਗਈ ਸਾਨੂੰ ਕੱਢ ਦਿੱਤਾ ਕਹਿੰਦੇ ਜਾਓ ਘਰੋਂ ਇਹ ਵੀ 15 ਸਾਲ ਚ ਕਈ ਵਾਰੀ ਕੰਪਨੀਆਂ ਬਦਲੀਆਂ ਹੋਣਗੀਆਂ ਪਤਾ ਨਹੀਂ ਭਾਈ ਹੁਣ ਇਹਨਾਂ ਨੇ ਅੱਗੇ ਸਾਨੂੰ ਕਿਸੇ ਨੇ ਨਹੀਂ ਕੱਢਿਆ ਹੁਣ ਇਹ ਆਏ ਤੇ ਹੁਣ ਇਹਨਾਂ ਨੇ ਸਾਨੂੰ ਬਾਹਰ ਕੱਢ ਕੇ ਮਾਰਿਆ ਦਾ ਕਾਰਨ ਪਿਛਲੇ ਸਾਲ ਤੋਂ ਹੀ ਕਰੋਨਾ ਤੋਂ ਪਹਿਲਾਂ ਜਿਹੜਾ ਧਰਨਾ ਧਰਨਾ ਲਾਇਆ ਸੀ ਕੋਈ ਤਨਖਾਹ ਤਨਖੂਬਦਾਨ ਲਈ ਕੀ ਉਹ ਕਰੋਨਾ ਚ ਵਰਤ ਕੇ ਸੁੱਟਣ ਵਾਲਾ ਕੰਮ ਤੇ ਨਹੀਂ ਹੋ ਗਿਆ ਕਿ ਹੁਣ ਲੋੜ ਨਹੀਂ ਪਤਾ ਨਹੀਂ ਭਾਜੀ ਪਹਿਲੇ ਸਾਨੂੰ 3500 ਦਿੰਦੇ ਸੀ 3500 ਚ ਸਾਡੇ ਨੇ 6000 ਕੀਤੀ ਹੁਣ ਸਾਨੂੰ 6000 ਚੋਂ 24 ਕੱਢਤਾ ਸਾਡੇ ਤਾਂ ਬਿਲਕੁਲੋ ਚੁੱਲ੍ਹੇ ਇਹਨਾਂ ਠੰਡਾ ਹੀ ਕਰ ਦਿੱਤੇ ਹੁਣ ਦੱਸੋ ਅਸੀਂ ਕਿੱਥੇ ਜਾਈਏ ਸਾਡੇ ਨਿਗੇ ਨਿਗੇ ਬੱਚੇ ਆਂ ਏ ਠੰਡ ਦੇ ਵਿੱਚ ਰਾਤ ਦੇ ਨੇ ਇੱਥੇ ਬਹਿ ਰਹੇ ਨੇ ਚੌੜੀ ਗਾਉ ਨੂੰ ਇਹੀ ਬੇਨਤੀ ਹੈ ਜੀ ਹਾਸ਼ੀਏ ਤੇ ਖੜੇ ਸਮਾਜ ਤੋਂ ਮੁੱਖ ਮੰਤਰੀ ਆਇਆ ਤੇ ਹਾਸ਼ੀਏ ਤੇ ਖੜੇ ਅੜੀਆਂ ਪੈਣਾ ਅੰਤਿਮ ਪੰਕਤੀ ਦੀਆਂ 15-15 20-20 ਸਾਲ ਤੋਂ ਨੌਕਰੀਆਂ ਕਰ ਰਹੇ ਆਂ ਉਹ ਵੀ ਕੱਚੀਆਂ ਸਫਾਈ ਕਰਨਾ ਆਸਾਨ ਨਹੀਂ ਹੈਗਾ ਸਭ ਤੋਂ ਵੱਡਾ ਸਫਾਈ ਦਾ ਕੰਮ ਜਿਹੜਾ ਕਿਰਤ ਹੈਗੀ ਆ ਤੇ ਪਰ ਐਂਡ 6000 ਤੋਂ ਵੀ ਇਹਨਾਂ ਨੂੰ ਵਾਂਝਾ ਕਰਤਾ ਗਿਆ ਸੜਕ ਤੇ ਲਿਆਤਾ ਗਿਆ ਚੁੱਲ੍ਹੇ ਠੰਡੇ ਨੇ ਚੰਨੀ ਸਾਥ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਛੋਟੂ ਕਿਰਦਾਰ ਛੋਟੀ ਸ਼ਖਸੀਅਤ ਸਿੱਧੂ ਸ਼ਰਮ ਕਰੋ ਜੰਗ ਜਾਰੀ ਰਹੂਗੀ ਧੰਨਵਾਦ